ਤੇ ਇੱਕ ਪੋਰਚੁਗਲ ਦਾ ਬੰਦਾ ਸੀਗਾ ਕਿ ਉਹਨੂੰ 5 ਸਾਲ ਦੀ ਸਜ਼ਾ ਸੋਈ ਸੀਗੀ ਉਹ ਨਸ਼ੇ ਪੱਤੇ ਵੰਡਦਾ ਸੀਗਾ ਤੇ ਵੇਚਦਾ ਸੀਗਾ ਇੱਕ ਪਾਕਿਸਤਾਨੀ ਸੀ ਸਾਡਾ ਭਾਈਵੰਦ ਉਹ ਨਾਬਾਲਗ ਕੁੜੀਆਂ ਦੇ ਨਾਲ ਗੰਦੇ ਇਹ ਕੰਮ ਕਰਦਾ ਸੀਗਾ ਤੇ ਉਹਨੂੰ 9 ਮਹੀਨੇ ਦੀ ਸਜ਼ਾ ਹੋਈ ਸੀ ਉਹਨੂੰ ਭੇਜਿਆ ਇਹਨਾਂ ਨੇ ਮੁੜ ਕੇ ਇੱਕ ਕੌਸਵਨ ਬੰਦਾ ਸੀਗਾ ਉਹ ਟੀਮਿਆਂ ਨੂੰ ਨਗਾਉਂਦਾ ਸੀਗਾ ਧੰਦੇ ਲਈ ਉਹਨੂੰ 3.5 ਜਾਣੀ ਦਲਾਲ ਸੀ ਜਿਹਨੂੰ ਪੰਜਾਬੀ 'ਚ ਅਸੀਂ ਦੱਲਾ ਕਹਿ ਦਿੰਦੇ ਹਾਂ ਅਤੇ 3.5 ਸਾਲ ਦੀ ਉਹਨੂੰ ਜੇਲ੍ਹ ਹੋਈ ਅਤੇ ਉਹਨੂੰ ਡਿਪੋਰਟ ਕੀਤਾ ਇੱਕ ਸਾਡਾ ਇੰਡੀਅਨ ਭਾਈਵੰਦ ਵੀ ਸੀ ਸਾਡੇ ਇੰਡੀਅਨ ਵਾਲਿਆਂ ਨੇ ਵੀ ਮੱਲਾਂ ਮਾਰੀਆਂ 5 ਸਾਲ ਦੀ ਜੇਲ੍ਹ ਉਹਨੂੰ ਮਿਲੀ ਸੀ ਇੱਕ ਅਗਵਾ ਕਰਨ ਲਈ ਨਾਬਾਲਗ ਕੁੜੀ ਨੂੰ ਤਾਂ ਉਹਦੇ ਉੱਤੇ ਚਲੋ ਜੋ ਕਰਦੇ ਹੁੰਦੇ ਸਾਨੂੰ ਪਤਾ ਹੀ ਆ ਉਹ ਸਾਨੂੰ ਫਿਲਮਾਂ 'ਚ ਜੋ ਸ਼ਕਤੀ ਕਬੂਰ ਉਹ ਨਹੀਂ ਕਰਦੇ ਆ ਅਤੇ ਇੱਕ ਮਲਾਵੀ ਤੋਂ ਬੰਦਾ ਬਲਾਤਕਾਰ ਲਈ 4 ਸਾਲ ਦੇ ਸੈਂਟੈਂਸਿਸ ਤਾਂ ਇਹ ਬੰਦਿਆਂ ਨੂੰ ਇਹਨਾਂ ਨੇ ਇੱਦਾਂ ਦੇ ਬੰਦਿਆਂ ਨੂੰ ਇਹ ਵਾਪਸ ਘੱਲਦੇ ਆ ਇਹ ਹੋਰ ਕਿਸੇ ਬੰਦਿਆਂ ਨੂੰ ਵੀ ਘੱਲਦੇ ਆ ਵਾਪਸ ਜਿਹੜੇ ਤੁਸੀਂ ਗਲਤ ਕਾਗਜ਼ਾਂ ਵਿੱਚ ਫੜੇ ਜਾਂਦੇ ਆ ਨਾ 2 ਨੰਬਰ ਦੇ ਇੰਸ਼ੋਰੈਂਸ ਨੰਬਰ 2 ਨੰਬਰ ਦੇ ਪਾਸਪੋਰਟ ਉਹਨਾਂ ਵਿੱਚ ਵੀ ਤੁਹਾਨੂੰ ਡਿਪੋਰਟ ਦੀ ਇਹਨਾਂ ਨੇ ਚਾਂਸ ਕਰਨੇ ਜ਼ਿਆਦਾ ਡਿਪੋਰਟ ਹੀ ਕਰਨਾ ਪਹਿਲਾਂ ਤਾਂ ਸਜ਼ਾ ਦਿੰਦੇ 6 ਮਹੀਨੇ ਕੱਚੇ ਆਲੂ ਖਿਲਾਉਂਦੇ ਆ ਉਸ ਤੋਂ ਬਾਅਦ ਤੁਹਾਨੂੰ ਭੇਜਦੇ ਆ